ਵੇਖੋ ਜੀ ਸਾਰੇ ਕਹਿੰਦੇ ਨੇ ਕਿ ਜਿੰਨੇ ਲਾਹੌਰ ਨਹੀਂ ਵੇਖਿਆ ਉਹ ਜਮਿਆ ਹੀ ਨਹੀਂ ਪਰ ਕੁਝ ਇਹ ਵੀ ਕਹਿੰਦੇ ਨੇ ਜੋ ਲਾਹੌਰ ਵਿੱਚ ਜਮਿਆ ਹੈ ਉਹਦੇ ਕੋਲੋਂ ਤੇ ਕਦੇ ਦਹੀਂ ਵੀ ਨਹੀਂ ਜਮਿਆ ਵੇਖੋ ਜੀ ਇਹ ਕਹਾਣੀ ਹੈ ਇਹਨਾਂ ਤਿੰਨਾਂ ਲੜਕਿਆਂ ਦੀ ਕਿਉਂਕਿ ਸੱਚੀ ਕਹਾਣੀ ਜ਼ਿੰਦਗੀ ਬਦਲਦੀ ਹੈ ਇਸੇ ਲਈ ਗੱਲਾਂ ਵਿੱਚੋਂ ਗੱਲ ਕਰਦੀ ਹੈ ਚਾਚੇ ਦੀ ਬੈਕਿੰਗ ਵੀਜ਼ਾ ਤੇ ਪੱਕਾ ਦਲੀਰ ਕਿਸੇ ਨਾ ਕਿਸੇ ਤਰ੍ਹਾਂ ਕਾਲਦੀ ਨੂੰ ਉੱਥੇ ਸੈੱਟ ਕਰਾ ਦੇ ਅੱਛਾ ਤੂੰ ਮੈਂ ਆਪਣੇ ਸੋਪ ਕਾ ਬਿਜ਼ਨਸ ਕਰ ਸਕਤੀ ਹੋ ਨਾ ਪਤਾ ਹੈ ਕੰਪਿਊਟਰ ਕੇ ਮਾਊਸ ਪਰ ਬਾਥਰੂਮ ਸੇ ਵੀ ਜ਼ਿਆਦਾ ਜਰਾਸੀਮ ਹੋਤੇ ਤੂੰ ਵੀ ਐਗਜ਼ੈਕਟ 4,742 मिस्टर खालदी मैं आपको रसगुल्ले की मिठास से ज्यादा इमली की खटास से ज्यादा पाकिस्तान में करप्शन से ज्यादा प्यार करती हूँ वीजा दी की खबर वीजा दी कोई खबर वीजा कब तक होनी भी कदे टलदी है ऐवें नहीं गल्लां विचों गल निकलदी है ਜਦੋਂ ਕਿਸਮਤ ਦੀ ਦੇਵੀ ਹੱਥ ਫੜਾਵੇ ਤੇ ਉਹਨੂੰ ਜੱਫੀ ਪਾ ਲਾ ਜਿਸ ਜਿਸ ਨੇ ਮੈਨੂੰ ਛੱਡਿਆ ਹੈ ਉਹਨੇ ਤਰੱਕੀ ਕੀਤੀ ਹੈ ਇੱਕ ਵਾਰ ਯੂਰਪ ਐਂਟਰ ਹੋ ਜਾਓ ਫਿਰ ਕੋਈ ਟੈਨਸ਼ਨ ਨਹੀਂ ਮੇਰਾ ਕੇਸ ਬਿਲਕੁਲ ਲੀਗਲ ਥਾ ਮੈਂ ਯਹਾਂ ਬੈਠਾ ਹੂੰ ਔਰ ਬਾਹਰ ਗਿਆ ਕੌਣ ਆਪ ਸਰ ਸਿਕਿਉਰਿਟੀ ਆਫਿਸਰ ਸ਼ੀਫ ਲੀਜੀ ਕਿਉਂ ਝੂਠ ਬੋਲ ਰਹੀ ਹੈ ਮੈਂ ਕਿਉਂ ਝੂਠ ਬੋਲੂੰਗੀ ਬੋਲਦਾ ਕੁਝ ਪਤਾ ਹੁੰਦਾ ਆਪਣਾ ਵੀ ਬੇੜਾ ਗਰਕ ਕੀਤਾ ਤੇ ਯਾਰਾਂ ਦਾ ਵੀ ਡੰਕੀ ਦਾ ਸਫ਼ਰ ਜ਼ਿੰਦਗੀ ਮੌਤ ਦਾ ਜੁਆ ਹੁੰਦਾ ਹੈ ਕਿਸਮਤ ਸੇ ਜ਼ਿਆਦਾ ਨਹੀਂ ਵਕਤ ਸੇ ਪਹਿਲੇ ਨਹੀਂ